ਰਾਮਗੜੀਆ ਕਾਲ ਜਥੇਬੰਦੀ ਪੰਜਾਬ ਦੇ ਕੌਮੀ ਕਨਵੀਨਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੂਬਾ ਚੇਅਰਮੈਨ ਜਗਜੀਤ ਸਿੰਘ ਸਗੂ ਦੀ ਅਗਵਾਈ ਹੇਠ ਇੱਕ ਵਫਦ ਤੇ ਡੀਸੀ ਪਟਿਆਲਾ ਸ਼ੌਕਤ ਅਹਿਮਦ ਪਰੇ ਨੂੰ ਇੱਕ ਮੈਮੋਰੈਂਡਮ ਚੋਣ ਕਮਿਸ਼ਨ ਦੇ ਨਾਂ ਹੇਠ ਦਿੱਤਾ ਗਿਆ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ, ਜੋ ਕਿ ਹਲਕਾ ਖਾਡੂਰ ਸਾਹਿਬ ਅਤੇ ਲੋਕ ਸਭਾ ਉਮੀਦਵਾਰ ਨੇ, ਜਿਨ੍ਹਾਂ ਵੱਲੋਂ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਹੋਇਆਂ ਭਾਈਚਾਰੇ ਨੂੰ ਲੈ ਕੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ, ਜਿਸ ਦੇ ਵਿੱਚ ਦੋਵੇਂ ਭਾਈਚਾਰੇ ਦੇ ਲੋਕਾਂ ਦੇ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ, ਜਿਸ ਤਹਿਤ ਭਾਈਚਾਰੇ ਦੇ ਲੋਕਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਚੋਣ ਕਮਿਸ਼ਨ ਜਲਦ ਤੋਂ ਜਲਦ ਲਾਲਜੀਤ ਭੁੱਲਰ ਉੱਤੇ ਐਕਸ਼ਨ ਲਵੇ। ਇਸ ਮਸਲੇ ਉੱਤੇ ਰਾਮਗੜੀਆ ਅਕਾਲ ਜਥੇਬੰਦੀਆਂ ਦੇ ਆਗੂਆਂ ਦਾ ਹੋਰ ਕੀ ਕੁਛ ਕਹਿਣਾ ਸੁਣ ਲੈਂਦੇ। ਹਾਂਜੀ, ਕੀ ਨਾਮ ਹੈ ਸਰ? ਮੇਰਾ ਨਾਮ ਜਗਜੀਤ ਸਿੰਘ ਸੱਜੂ, ਚੇਅਰਮੈਨ ਰਾਮਗੜੀਆ ਕਾਲ ਜਥੇਬੰਦੀ ਪੰਜਾਬ। ਸਰ, ਤੁਸੀਂ ਡੀਸੀ ਸਾਹਿਬ ਕੋਲ ਆਏ ਹੋ ਮੰਗ ਪੱਤਰ, ਕਿਸ ਚੀਜ਼ ਵਿਸ਼ੇ 'ਤੇ ਆਏ ਮੰਗ ਪੱਤਰ? ਇਹ ਮੰਗ ਪੱਤਰ ਜਿਹੜਾ ਪਿਛਲੇ ਦਿਨੀਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਇੱਕ ਜਨਸਭਾ ਦੇ ਵਿੱਚ ਰਾਮਗੜੀਆ ਭਾਈਚਾਰੇ ਅਤੇ ਵਰਨਕਾਰ ਭਾਈਚਾਰੇ ਖਿਲਾਫ਼ ਉਸਨੇ ਅਪਸ਼ਬਦ ਬੋਲੇ ਸੀ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਅਸੀਂ ਅੱਜ ਡੀ ਸੀ ਸਾਹਿਬ ਨੂੰ ਉਹਨਾਂ ਦੇ ਜ਼ਰੀਏ ਪੰਜਾਬ ਦਾ ਜਿਹੜਾ ਚੋਣ ਕਮਿਸ਼ਨ ਹੈ ਉਹਨਾਂ ਨੂੰ ਇੱਕ ਲੈਟਰ ਦਿੱਤੀ ਹੈ ਕਿ ਇਹਦੇ ਉੱਤੇ ਬਣਦੀ ਯੋਗ ਕਾਰਵਾਈ ਕੀਤੀ ਜਾਵੇ, ਤਾਂ ਕਿ ਅੱਗੇ ਤੋਂ ਕੋਈ ਹੋਰ ਬੰਦਾ ਅਜਿਹੀ ਗੁਸਤਾਖੀ ਨਾ ਕਰੇ। ਅਤੇ ਡੀ ਸੀ ਸਾਹਿਬ ਨੇ ਤੁਹਾਨੂੰ ਕੀ ਕਿਹਾ ਜੀ? ਡੀ ਸੀ ਸਾਹਿਬ ਨੇ ਚਿੱਠੀ ਲੈ ਕੇ ਉਹਨੂੰ ਸਾਈਨ ਕਰਕੇ ਕਹਿੰਦੇ ਮੈਂ ਚੋਣ ਕਮਿਸ਼ਨ ਸਾਹਿਬ ਕੋਲ ਭੇਜ ਦਾਂਗਾ। ਇਸ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਅਗਰ ਕੋਈ ਇਹਦਾ ਨਤੀਜਾ ਨਾ ਆਇਆ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਅਸੀਂ ਲਾਲਜੀਤ ਭੁੱਲਰ ਦੇ ਆਮ ਆਦਮੀ ਪਾਰਟੀ ਦੇ ਵਿਰੋਧ 'ਚ ਹੋਵਾਂਗੇ ਔਰ ਹਰ ਜ਼ਿਲ੍ਹੇ ਦੇ ਵਿੱਚ ਉਹਦਾ ਪੁਤਲਾ ਸਾੜਿਆ ਜਾਏਗਾ। ਠੀਕ, ਹਾਂਜੀ ਸਰ, ਕੀ ਨਾਮ ਹੈ? ਗੁਰਜੋਤ ਗੋਲਡੀ, ਰਾਮਗੜੀਆ ਅਕਾਲ ਜਥੇਬੰਦੀ ਯੂਥ ਪ੍ਰਧਾਨ ਪਟਿਆਲਾ। ਬੀਤੇ ਦਿਨੀ ਜਿਹੜਾ ਮੰਤਰੀ ਲਾਲਜੀਤ ਭੁੱਲਰ ਹੈ, ਜਿਹੜਾ ਕਿ ਹੁਣ ਖਡੂਰ ਸਾਹਿਬ ਤੋਂ MP ਦੇ ਇਲੈਕਸ਼ਨ ਲੜ ਰਿਹਾ ਹੈ, ਇਸਨੇ ਜਿਹੜੇ ਰਾਮਗੜੀਆ ਬਿਰਾਦਰੀ ਦੇ ਸਵਰਨਕਾਰ ਬਿਰਾਦਰੀ ਦੇ ਖਿਲਾਫ਼ ਬਹੁਤ ਹੀ ਜ਼ਿਆਦਾ ਭੱਦੀ ਸ਼ਬਦਾਵਲੀ ਯੂਜ਼ ਕੀਤੀ ਹੈ। ਇਸ ਦੇ ਵਿਰੋਧ ਵਿੱਚ ਅਸੀਂ ਸਾਰੇ ਅੱਜ DC ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਅਤੇ ਚੋਣ ਕਮਿਸ਼ਨਰ ਪੰਜਾਬ ਨੂੰ ਮੰਗ ਕੀਤੀ ਹੈ ਕਿ ਇਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹਨੇ ਲੋਕਤੰਤਰ ਦਾ ਗਲਾ ਘੋਟਿਆ, ਇਹ ਲੋਕਾਂ ਨੂੰ ਜਾਤ ਪਾਤ ਦੇ ਨਾਂ ਦੇ ਉੱਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹਦੇ ਵੱਧ ਤੋਂ ਵੱਧ ਅਸੀਂ ਵਿਰੋਧ ਕਰਾਂਗੇ। ਜੇਕਰ ਇਹ ਪਹਿਲਾਂ ਜਲਦੀ ਤੋਂ ਜਲਦੀ ਸਾਡੇ ਤੋਂ ਲਿਖਤੀ ਮਾਫ਼ੀ ਮੰਗ ਲੈਂਦਾ ਤਾਂ ਠੀਕ ਹੈ, ਨਹੀਂ ਤਾਂ ਪੂਰੇ ਪੰਜਾਬ ਦੇ ਵਿੱਚ ਅਸੀਂ ਇਹਦਾ ਜਲੂਸ ਵੀ ਕੱਢਾਂਗੇ, ਸੰਘਰਸ਼ ਵੀ ਕਰਾਂਗੇ ਅਤੇ ਪੁਤਲੇ ਵੀ ਫੂਕੇ ਜਾਣਗੇ। ਅਤੇ DC ਸਾਹਿਬ ਨੇ ਕੀ ਆਸ਼ਵਾਸਨ ਦਿੱਤਾ ਜੀ? DC ਸਾਹਿਬ ਨੇ ਇਹ ਲੈਟਰ ਅੱਗੇ ਫਾਰਵਰਡ ਰਾਜ ਕਮਿਸ਼ਨ ਚੋਣ ਨੂੰ ਕਰ ਦਿੱਤਾ ਜੀ। ਕੀ ਮੰਗ ਕੀਤੀ ਹੈ DC ਸਾਹਿਬ ਨੇ, ਵੀ ਕਿੰਨੇ ਦਿਨ 'ਚ ਤੁਹਾਡੀ ਕਾਰਵਾਈ ਕੀਤੀ ਹੈ? ਇਹ ਤਾਂ ਹੁਣ ਪ੍ਰੋਸੈਸ ਦੇਖੋ ਜੀ ਸਰਕਾਰ ਵੱਲੋਂ ਹੈਗਾ, ਮਗਰ ਅਸੀਂ ਜਿਹੜੇ ਸਾਡੀ ਰਾਮਗੜਿਆ ਬਰਾਦਰੀ ਹੈ ਇਸ ਵੱਲੋਂ ਅਸੀਂ ਇਸਦਾ ਇੰਨਾ ਜੀਣਾ ਦੁੱਭਰ ਕਰ ਦਾਂਗੇ ਕਿ ਆਮ ਆਦਮੀ ਪਾਰਟੀ ਨੂੰ ਇਹਦਾ ਬਹੁਤ ਵੱਡਾ ਖਮਿਆਜਨਾ ਭੁਗਤਣਾ ਪਏਗਾ। ਤੁਹਾਡੇ ਵੱਲੋਂ ਨਹੀਂ DC ਸਾਹਿਬ ਨੂੰ ਕੁਛ ਕਿਹਾ ਗਿਆ ਵੀ ਕਿੰਨੇ ਦਿਨਾਂ 'ਚ ਕਾਰਵਾਈ ਹੋਣੀ ਚਾਹੀਦੀ ਹੈ, ਕੀ ਕਾਰਵਾਈ ਹੋਣੀ ਚਾਹੀਦੀ? ਸਰ, ਸਰਕਾਰੀ ਪ੍ਰੋਸੈਸ ਹੈ, ਇਹ ਤਾਂ ਇਹਨਾਂ ਨੇ ਦੇਖਣਾ ਜੀ। ਠੀਕ ਹੈ, ਹਾਂਜੀ, ਕੀ ਨਾਮ ਹੈ ਸਰ? ਸੁਭਾ ਸਿੰਘ। ਹਾਂਜੀ, ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਮੰਗ ਪੱਤਰ ਦੇਣ ਆਏ? ਅੱਜ ਅਸੀਂ DC ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਹੈ ਕਿ ਲਾਲਜੀਤ ਭੁੱਲਰ ਜੋ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਉਹਨਾਂ ਨੇ ਰਾਮਗੜੀਆ ਭਾਈਚਾਰੇ ਦੇ ਸਵਰਨ ਭਾਈਚਾਰੇ ਨੂੰ ਅਪਸ਼ਬਦ ਬੋਲੇ ਆ ਉਹਦੇ ਰੋਸ ਵਜੋਂ, ਕਿ ਉਹ ਜੋ ਸ਼ਬਦ ਬੋਲੇ ਬਹੁਤ ਮੰਦੀ ਭਾਸ਼ਾ ਬੋਲੀ ਹੈ, ਵੀ ਉਹਦੇ ਵਿਰੋਧ 'ਚ ਅਸੀਂ ਵਿਰੋਧ ਕਰਨ ਆਏ ਉਹਦਾ। ਅਤੇ DC ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ, ਮੰਗ DC ਸਾਹਿਬ ਨੇ ਸਾਨੂੰ ਪੂਰਾ ਆਸ਼ਵਾਸਨ ਦਵਾਇਆ ਕਿ ਇਹਨਾਂ ਦੇ ਖਿਲਾਫ਼ ਨੂੰ ਬਣਦੀ ਕਾਰਵਾਈ ਹੋਏਗੀ। ਤੁਸੀਂ ਅੱਜ ਸਾਰੇ ਰਾਮਗੜੀਆ ਭਾਈਚਾਰਾ ਇਕੱਠੇ ਹੋਏ ਹੋ ਜੀ, ਤੁਸੀਂ ਕੀ ਚਾਹੁੰਦੇ ਹੋ, ਕੀ ਮੰਗ ਹੋਣੀ ਚਾਹੀਦੀ ਹੈ? ਅਸੀਂ ਚਾਹੁੰਦੇ ਹਾਂ ਵੀ ਉਹਦੇ ਦੇਖੋ ਜਿਹੜਾ ਇਹਦਾ ਆਮ ਆਦਮੀ ਪਾਰਟੀ ਦਾ ਪੰਜਾਬ ਲੈਵਲ 'ਤੇ ਵਿਰੋਧ ਹੋਣਾ ਚਾਹੀਦਾ, ਜਿਹੜਾ ਅੱਗੇ ਤੋਂ ਇਹੋ ਜਿਹੀ ਗੁਸਤਾਖੀ ਨਾ ਕਰੇ।
ਕਿਉਂਕਿ ਇਹਨਾਂ ਦੇ ਜਿਹੜੇ ਬੋਲ ਨੇ ਨਾ ਬੜੇ ਮੰਦੇ ਨੇ, ਬਹੁਤ ਘਟੀਆ ਨੇ। ਕਿਉਂਕਿ ਜੇ ਕਿਸੇ ਵੀ ਜਾਤੀ ਨੂੰ, ਕਿਸੇ ਵਾਲਮੀਕੀ ਨੂੰ, ਰਾਮਦਾਸੀਏ ਨੂੰ, ਕਿਸੇ ਰਾਮਗੜੀਆ ਨੂੰ, ਕਿਸੇ ਸਵਰਨ ਜਾਤੀ ਨੂੰ ਵਗੈਰਾ, ਇਹ ਅਪਸ਼ਬਦ ਬੋਲਣ ਲੱਗਿਆ ਇੱਕ ਮਿੰਟ ਲਾਉਂਦੇ ਨੇ, ਫਿਰ ਬਾਅਦ 'ਚ ਮਾਫ਼ੀ ਮੰਗ ਲੈਂਦੇ ਆ। ਅਸੀਂ ਚਾਹੁੰਦੇ ਹਾਂ ਵੀ ਇੱਥੇ ਪੂਰੀ ਬੰਦ ਦੀ ਕਾਰਵਾਈ ਕੀਤੀ ਜਾਵੇ, ਇਹਦੀ ਟਿਕਟ ਕੈਂਸਲ ਕੀਤੀ ਜਾਵੇ। ਅਤੇ ਡੀਸੀ ਸਾਹਿਬ ਨੇ ਕੀ ਕਿਹਾ ਤੁਹਾਨੂੰ, ਕਦ ਤੱਕ ਕਾਰਵਾਈ ਹੋਏਗੀ? ਇਹ ਬਸ ਇਹਨਾਂ ਨੂੰ ਅਸੀਂ ਆਪ ਦੇ ਵੱਲੋਂ ਹੀ ਹਫ਼ਤੇ ਦਾ ਟਾਈਮ ਦਿੱਤਾ, ਹਫ਼ਤੇ ਤੋਂ ਬਾਅਦ ਅਸੀਂ ਫਿਰ ਅਗਲੀ ਜਿਹੜੀ ਕਾਰਵਾਈ ਉਹ ਸਾਰੀ ਕਮਿਊਨਿਟੀ ਇਕੱਠੀ ਕਰਕੇ ਅਤੇ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਹੈ ਪੁਤਲੇ ਫੂਕਣ ਦਾ ਪ੍ਰੋਗਰਾਮ ਲਿਖਾਂਗੇ। ਕਿੱਥੇ ਫੂਕਿਆ ਜਾਏਗਾ ਜੀ ਤੁਹਾਡੇ ਵੱਲੋਂ ਪੁਤਲਾ ਹਫ਼ਤੇ ਬਾਅਦ? ਇਹ ਪੁਤਲਾ ਸਾਡਾ ਡੀਸੀ ਦੇ ਆਫਿਸ ਦੇ ਸਾਹਮਣੇ ਹੀ ਫੂਕਿਆ ਜਾਏਗਾ। ਠੀਕ ਹੈ ਜੀ।